ਮੈਂ ਅਵਤਾਰ ਸਿੰਘ ਸਹੋਤਾ, ਸਪੋਕਸਮੈਨ ਆ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਮੋਹਾਲੀ। ਤੁਹਾਨੂੰ ਸਾਰਿਆਂ ਨੂੰ ਅੱਜ ਇਸ ਪ੍ਰੈਸ ਕਾਨਫਰੰਸ 'ਤੇ ਜੀ ਆਇਆਂ ਕਹਿੰਦਾ, ਕਿਉਂਕਿ ਜਿਹੜਾ ਸਾਡਾ ਮੀਡੀਆ, ਪ੍ਰਿੰਟ ਮੀਡੀਆ, ਜਿਹੜਾ ਆਪਣਾ ਚੈਨਲ ਹੈ ਤੁਹਾਡੇ ਸਾਰੇ, ਇੱਕ ਜਿਹੜਾ ਸਾਡਾ ਥੰਮ ਹੈ, ਇੱਕ ਜਿਹੜਾ ਕਿ ਸਮਾਜ ਦੀਆਂ ਚੰਗੀਆਂ ਗੱਲਾਂ ਵੀ ਅਤੇ ਮਾੜੀਆਂ ਗੱਲਾਂ ਵੀ ਪ੍ਰਚਾਰ ਕਰਨ ਵਾਸਤੇ ਬੜਾ ਇੱਕ ਵੱਡਾ ਸਾਧਨਾ ਹੈ। ਪਰ ਤੁਸੀਂ ਅੱਜ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਜੋ ਸਾਡਾ ਲੱਗਾ ਹੋਇਆ, ਉਹਦੇ ਵਿੱਚ ਤੁਹਾਡਾ ਆਉਣ 'ਤੇ ਇੱਥੇ ਜੀ ਆਇਆ, ਕਿਉਂਕਿ ਬੜਾ ਇੰਪੋਰਟੈਂਟ ਇਸ਼ੂ ਹੈ ਜਿਹੜਾ ਅੱਜ ਅਸੀਂ ਡਿਸਕਸ ਕਰਨਾ। ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਮੋਹਾਲੀ ਵਿਖੇ ਅਸੀਂ 20 ਅਪ੍ਰੈਲ 2023 ਨੂੰ ਲਾਇਆ ਸੀ ਫੇਸ 1 'ਚ, ਔਰ ਉੱਥੇ ਇਹ ਮੋਰਚੇ ਦਾ ਮੁੱਖ ਮਕਸਦ ਇਹ ਸੀ ਕਿ ਬਹੁਤ ਸਾਰੇ ਲੋਕਾਂ ਨੇ ਫਰਜ਼ੀ SC BC ਇਕਨੋਮੀਕਲ ਵੀਕਰ ਅੰਗਹੀਣ ਸਰਟੀਫਿਕੇਟ ਬਣਾ ਕੇ, ਇਕੱਲੀਆਂ ਪੰਜਾਬ ਸਰਕਾਰ ਦੀਆਂ ਹੀ ਨੌਕਰੀਆਂ ਨਹੀਂ ਕੀਤੀਆਂ, ਕੇਂਦਰ ਸਰਕਾਰ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਸਰਕਾਰੀ ਜਿੱਥੇ ਨੌਕਰੀਆਂ ਕੀਤੀਆਂ, ਰਾਜਸੀ ਸਫਾਂ ਦੇ ਵਿੱਚ ਲਾਭ ਲਿਆ, ਔਰ ਜਿਹੜਾ ਸਰਕਾਰੀ ਸਹੂਲਤਾਂ ਮਿਲਦੀਆਂ ਉਹਨਾਂ 'ਚ ਵੀ ਉਹਨਾਂ ਲੋਕਾਂ ਨੇ ਇਹ ਫਰਜ਼ੀ ਸਰਟੀਫਿਕੇਟ ਬਣਾ ਕੇ ਲਾਭ ਲਏ ਆ। ਇਹਨਾਂ ਦੇ ਵਿੱਚ ਮੁੱਖ ਤੌਰ 'ਤੇ ਜੇ ਮੈਂ ਦੱਸਾਂ ਤਾਂ ਜਿੰਨੀਆਂ ਵੀ ਅਸੀਂ ਸ਼ਿਕਾਇਤਾਂ ਕੀਤੀਆਂ, ਉਹਨਾਂ ਸ਼ਿਕਾਇਤਾਂ ਦਾ ਸਰਟੀਫਿਕੇਟ ਤਾਂ ਕਾਫੀ ਰੱਦ ਹੋ ਗਿਆ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਉਹਨਾਂ ਲੋਕਾਂ ਨੂੰ ਬਣਦੀਆਂ ਸਜ਼ਾਵਾਂ ਨਹੀਂ ਦਿੱਤੀਆਂ, ਔਰ ਉਹਨਾਂ ਨੂੰ ਉਹਨਾਂ ਦੇ ਕੀਤੇ ਹੋਏ ਮਾੜੇ ਕੰਮਾਂ ਦਾ ਉਹਨਾਂ ਨੂੰ ਕੋਈ ਐਕਸ਼ਨ ਨਹੀਂ ਲਿਆ ਸਰਕਾਰ ਨੇ। ਸੋ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਕਿ ਇਹ ਜਿਹੜਾ ਫਰਜ਼ੀਵਾੜਾ ਹੈ, ਜਿਵੇਂ ਬਠਿੰਡਾ ਵਿੱਚ ਸ਼ਿਵਪਾਲ ਗੋਇਲ ਨਾਂ ਦਾ ਇੱਕ DO ਰਿਹਾ ਸਰਕਾਰੀ ਹਾਈ ਸਕੂਲ ਰਸਨਹੇੜੀ, ਸਰਬਜੀਤ ਸਿੰਘ ਮਾਨ ਮੁੱਖ ਅਧਿਆਪਕ ਰਿਹਾ, ਆਪਣਾ ਜਸਪ੍ਰੀਤ ਕੌਰ ਡਾਕਟਰ ਆਫ ਦਰਸ਼ਨ ਸਿੰਘ ਸਰਕਾਰੀ ਮਿਡਲ ਸਕੂਲ ਹਰਦਿਆਲਿਆਣਾ ਜ਼ਿਲ੍ਹਾ ਫਰੀਦਕੋਟ ਵਿੱਚ ਜਾਲੀ ਅੰਗਹੀਣ ਸਰਟੀਫਿਕੇਟ ਬਣਾ ਕੇ ਨੌਕਰੀ ਲੱਗੀ ਹੈ, ਨੀਨਾ ਮੌਂਗਾ ਆਡਿਟ ਇੰਸਪੈਕਟਰ ਕੋਆਪਰੇਟਿਵ ਵਿਭਾਗ ਦੇ ਵਿੱਚ ਨੌਕਰੀ ਲੱਗੀ ਹੈ, ਦਰਬਾਰਾ ਸਿੰਘ PWD ਦੇ ਵਿੱਚ SDO ਲੱਗਾ ਹੋਇਆ ਜਾਲੀ ਅੰਗਹੀਣ ਸਰਟੀਫਿਕੇਟ ਬਣਾ ਕੇ। ਉਸੇ ਤਰ੍ਹਾਂ ਸ਼ਿਵਪਾਲ ਗੋਇਲ ਨੇ BC ਜਾਤੀ ਦਾ ਸਰਟੀਫਿਕੇਟ ਬਣਾ ਕੇ ਬਤੌਰ ਸਾਇੰਸ ਮਾਸਟਰ 1988 'ਚ ਨੌਕਰੀ ਕੀਤੀ ਹੈ, ਔਰ ਉਸ ਤੋਂ ਬਾਅਦ ਉਹਨੇ ਆਪਦੀ ਜਨਮ ਤਰੀਕ ਵੀ ਚੇਂਜ ਕੀਤੀ ਹੈ, ਜਨਮ ਤਰੀਕ 12/1/66 ਜਿਹੜੀ ਕਿ ਮਾਸਟਰ ਕੇਡਰ ਦੀ ਸਨਿਆਰਤਾ ਸੂਚੀ ਵਿੱਚ ਔਨਲਾਈਨ ਤੁਹਾਨੂੰ ਮਿਲ ਜਾਂਦੀ ਹੈ, ਸਾਡੇ ਕੋਲ ਵੀ ਡਾਟਾ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਿਆਂਗੇ। ਤਾਂ ਜਦੋਂ ਉਹ ਲੈਕਚਰਾਰ ਬਣਦਾ 1993 'ਚ, ਆਪਦੇ ਆਪ ਨੂੰ ਉਹ ਸਰਕਾਰੀ ਰਿਕਾਰਡ ਦੇ ਵਿੱਚ ਇਹ ਵੀ ਸਨਿਆਰਤਾ ਸੂਚੀਆਂ 'ਚ ਪਿਆ ਹੈ ਕਿ 1991 ਸ਼ੋਅ ਕਰਦਾ। ਸੋ ਜਿੱਥੇ ਉਹਨੇ ਸਰਕਾਰੀ ਰਿਕਾਰਡ ਛੇੜਛਾੜ ਕੀਤੀ ਹੈ, ਪੰਜਾਬ ਦੇ ਸਾਰੇ ਹੀ ਲੈਕਚਰਾਰ ਅਤੇ ਪ੍ਰਿੰਸੀਪਲਾਂ ਦੀ ਸਨਿਆਰਤਾ ਸੂਚੀ ਨੂੰ ਪ੍ਰਭਾਵਿਤ ਕੀਤਾ। 26 ਜਨਵਰੀ ਨੂੰ 2024 ਨੂੰ ਉਹਨੂੰ ਮਤਲਬ ਸਰਕਾਰ ਨੇ ਏਡੀਆਂ ਵੱਡੀਆਂ ਸ਼ਿਕਾਇਤਾਂ ਚੱਲਦੀਆਂ ਹੋਣ ਦੇ ਬਾਵਜੂਦ ਵੀ ਉਹਨੂੰ ਪ੍ਰਮੋਟ ਕਰਕੇ PES 1 ਦਾ ਦਰਜਾ ਦਿੱਤਾ ਹੈ। ਦੇਖੋ, ਜਦੋਂ ਕੋਈ ਮੁਲਾਜ਼ਮ 5 ਮਿੰਟ ਵੀ ਲੇਟ ਹੁੰਦਾ ਤਾਂ ਉਹਨੂੰ ਸਰਕਾਰ ਸਸਪੈਂਡ ਜਾਂ ਟਰਮੀਨੇਟ ਕੁਛ ਵੀ ਕਰਦੀ ਸਜ਼ਾ ਦਿੰਦੀ ਹੈ। ਅਜਿਹੇ ਲੋਕਾਂ ਨੇ ਜਿਨ੍ਹਾਂ ਨੇ ਮੁੱਢਲੀ ਕੁਆਲੀਫਿਕੇਸ਼ਨ ਹੀ ਜਿਨ੍ਹਾਂ ਦੀ ਰੱਦ ਹੈ,
ਔਰ ਜਿਨ੍ਹਾਂ ਦੇ ਜਾਲੀ ਸਰਟੀਫਿਕੇਟ ਆ ਉਹਨਾਂ ਨੂੰ ਅਜੇ ਤੱਕ ਸਰਕਾਰਾਂ ਨੇ ਕੋਈ ਸਜ਼ਾ ਨਹੀਂ ਦਿੱਤੀ। ਸੋ ਇਹ ਅਜਿਹੇ ਦੇ ਵਿੱਚ ਆ ਸ਼ਿਵਪਾਲ ਗੋਇਲ ਦੀ ਜਿੱਥੇ ਪਤਨੀ ਨਰੇਸ਼ ਕੁਮਾਰੀ ਪੀ ਐੱਸ ਪੀ ਸੀ ਐੱਲ ਦੇ ਵਿੱਚ ਸਰਵਿਸ ਕਰਦੀ ਸੀ ਬਤੌਰ ਸੀਨੀਅਰ ਸਹਾਇਕ, ਉਸ ਨੇ ਵੀ ਉੱਥੇ ਜਿਹੜਾ ਉਹਦਾ ਭਰਾ ਹੈ ਦੀਪਕ ਗਰਗ, ਦੀਪਕ ਗਰਗ 11 ਤੋਂ 15 ਤੱਕ ਲਾਅ ਦੀ ਡਿਗਰੀ ਕਰਦਾ, ਔਰ ਉਦੋਂ ਪਹਿਲਾਂ ਉਹਨੂੰ ਵੱਖ ਵੱਖ ਵਿਭਾਗਾਂ ਦੇ ਵਿੱਚ ਇਹਨਾਂ ਨੇ ਬਤੌਰ ਲੀਗਲ ਐਡਵਾਈਜ਼ਰ ਪੇਸ਼ ਕੀਤਾ, ਜਿਹਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਦੇ 'ਚ ਸ਼ਿਵਪਾਲ ਅਤੇ ਨਰੇਸ਼ ਕੁਮਾਰੀ ਦਾ ਬਹੁਤ ਵੱਡਾ ਰੋਲ ਹੈ। ਕਿਉਂਕਿ ਜਿੱਥੇ ਉਹਨੇ ਲਾ ਕੀਤਾ ਗੰਗਾਨਗਰ ਯੂਨੀਵਰਸਿਟੀ ਤੋਂ, ਉੱਥੇ ਵੀ ਉਹ ਗੈਰ ਹਾਜ਼ਰ ਸ਼ੋਅ ਹੁੰਦਾ। ਮੈਂ ਤੁਹਾਨੂੰ ਡਾਟਾ ਪ੍ਰੋਵਾਈਡ ਕਰਦਾ ਕਿ 3/4/13 ਨੂੰ ਜਿਹਦੇ ਕਿ ਉਹਨਾਂ ਦਾ ਪੇਪਰ ਸੀ ਲਾ ਦਾ, ਉਹਦੇ ਇੱਥੇ ਅਦਾਲਤ ਦੇ ਵਿੱਚ ਉਹ ਪੇਸ਼ ਹੁੰਦਾ ਵੱਖ ਵੱਖ ਪਾਰਟੀਆਂ ਵੱਲੋਂ। ਕਹਿਣ ਤੋਂ ਭਾਵ ਵੀ ਜਦੋਂ ਉਹ ਵਕੀਲ ਨਹੀਂ ਸੀ ਉਦੋਂ ਵੀ ਬਤੌਰ ਲੀਗਲ ਐਡਵਾਈਜ਼ਰ ਉਹਨੇ ਬਣ ਕੇ ਇਹਦੀ ਭੈਣ ਨੇ ਫਰਜ਼ੀ ਜਿਹੜਾ ਹੈਗਾ ਉਹਦਾ ਪੈਨ ਕਾਰਡ ਬਣਾਇਆ, ਔਰ ਜਿਹੜੀਆਂ ਸਾਰੀਆਂ ਪੇਮੈਂਟਾਂ ਕਰੋੜਾਂ ਰੁਪਏ ਦੇ ਵਿੱਚ, ਲਗਭਗ 3 ਕਰੋੜ ਦੀ ਅਮਾਊਂਟ ਆ ਜਿਹੜੀ ਬੀ ਐੱਸ ਐੱਨ ਐੱਲ ਪੀ ਐੱਸ ਪੀ ਸੀ ਐੱਲ ਅਤੇ ਹੋਰ ਵਿਭਾਗਾਂ ਦਾ ਬਤੌਰ ਇਹ ਲੀਗਲ ਐਡਵਾਈਜ਼ਰ ਹੋਣ 'ਤੇ ਨਾਤੇ ਇਹਨਾਂ ਨੇ ਦੀਪਕ ਗਰਗ ਨੇ ਇਹ ਕਲੇਮ ਕੀਤੀਆਂ। ਔਰ ਦੇਖੋ ਜਦੋਂ ਕਿ ਇਹਨੂੰ 2015 ਦੇ ਵਿੱਚ ਡਿਗਰੀ ਪੂਰੀ ਕਰਦਾ, ਇਹਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਹੀ, ਉਸ ਤੋਂ ਬਾਅਦ ਸਰਟੀਫਿਕੇਟ ਮਿਲਦਾ, ਮੈਂ ਤੁਹਾਨੂੰ ਉਹ ਸਰਟੀਫਿਕੇਟ ਵੀ ਪ੍ਰੋਵਾਈਡ ਕਰ ਦਿੰਦਾ। ਸੋ ਇਸ ਲਈ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਕਿ ਜਿਹੜਾ ਇਹ ਸ਼ਿਵਪਾਲ ਦੇ ਪਰਿਵਾਰ ਨੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਇਹ ਅਜਿਹਾ ਫਰਜ਼ੀਵਾੜਾ ਚਲਾਇਆ ਔਰ ਕਰੋੜਾਂ ਰੁਪਏ ਦਾ ਚੂਨਾ ਸਰਕਾਰੀ ਖਜ਼ਾਨੇ ਨੂੰ ਲਾਇਆ, ਸਾਨੂੰ ਦੁੱਖ ਹੁੰਦਾ ਕਿ ਜਿੱਥੇ ਸਰਕਾਰ ਅੱਜ ਮੌਜੂਦਾ ਸਰਕਾਰ ਵੀ ਇਹ ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲ ਰਹੀ ਹੈ, ਅਜਿਹੇ ਭ੍ਰਿਸ਼ਟ ਲੋਕਾਂ ਨੂੰ ਜਿਨ੍ਹਾਂ ਨੂੰ ਕਿ ਅਸੀਂ ਫੜ ਫੜ ਕੇ ਇਹਨਾਂ ਦੇ ਸਾਹਮਣੇ ਪੇਸ਼ ਕਰਦੇ ਹਾਂ, ਉਹਨਾਂ ਨੂੰ ਕਿਉਂ ਨਹੀਂ ਸਜ਼ਾ ਦਿੰਦੀ, ਉਹਨਾਂ ਨੂੰ ਕਿਉਂ ਨਹੀਂ ਕੁਰਕੀ ਕਰਦੀ, ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ? ਕਿਉਂਕਿ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅੱਜ ਇਕੱਲਾ ਪੰਜਾਬ 'ਚ ਨਹੀਂ ਸਾਰੇ ਭਾਰਤ ਦੇ ਵਿੱਚ ਐੱਸ ਸੀ ਬੀ ਸੀ ਲੋਕਾਂ 'ਤੇ ਅਨੇਕਾਂ ਅੱਤਿਆਚਾਰ ਹੁੰਦੇ ਆ, ਕਿਤੇ ਕਤਲ ਹੁੰਦਾ, ਕਿਤੇ ਕੁਛ ਹੁੰਦਾ, ਕਿਤੇ ਬਲਾਤਕਾਰ ਹੋਈ ਜਾਂਦੇ ਆ। ਇਹ ਸਰਕਾਰਾਂ ਇੰਨੀਆਂ ਨਿਖਿੱਧ ਹੈ, ਖਾਸ ਕਰਕੇ ਸਾਡੀ ਮੌਜੂਦਾ ਝਾੜੂ ਵਾਲੀ ਸਰਕਾਰ, ਕਿ ਇਹਨਾਂ ਨੇ ਅਜੇ ਤੱਕ ਸਾਡੇ ਰਿਜ਼ਰਵੇਸ਼ਨ ਚੋਰ ਫੜੇ ਮੋਰਚੇ ਦੀ ਸਾਡੀ ਅਜੇ ਤੱਕ ਗੱਲ ਨਹੀਂ ਸੁਣੀ। ਜੇ ਸਾਡੇ ਮੰਤਰੀ ਹਰਪਾਲ ਚੀਮਾ ਜੀ ਜਾਂ ਬਲਕਾਰ ਸਿੰਘ ਜੀ, ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹ ਜਿਹੜਾ ਤੁਹਾਡੀਆਂ ਇਹ ਸਮੱਸਿਆਵਾਂ ਦਾ ਹੱਲ ਲੱਭਾਂਗੇ, ਪਰ ਅਜੇ ਤੱਕ ਉਹ ਵੀ ਫੇਲ ਹੋ ਚੁੱਕੇ ਆ, ਕਿਉਂਕਿ ਮੁੱਖ ਮੰਤਰੀ ਸਾਡੀ ਅਜੇ ਤੱਕ ਗੱਲ ਨਹੀਂ ਸੁਣਦਾ। ਸੋ ਮੈਂ ਅੱਜ ਤੁਹਾਡੇ ਕੋਲ ਇਹੀ ਬੇਨਤੀ ਲੈ ਕੇ ਆਇਆ ਕਿ ਅਜਿਹੇ ਫਰਜ਼ੀਵਾੜੇ ਨੂੰ ਠੱਲ ਪਾਉਣ ਵਾਸਤੇ ਤੁਸੀਂ ਇੱਕ ਅਜਿਹੇ ਸਾਡੇ ਸਹਿਯੋਗੀ ਹੋਵੋਗੇ ਕਿ ਜਿਨ੍ਹਾਂ ਨੇ ਕਿ ਸਾਰੀ ਦੁਨੀਆ ਵਿੱਚ ਇਹ ਪੰਜਾਬ ਸਰਕਾਰ ਦੀ ਜਿਹੜੇ ਇਹ ਮਾੜੇ ਕਾਰਨਾਮੇ ਹੈ ਇਹਨਾਂ ਨੂੰ ਪੇਸ਼ ਕੀਤਾ। ਕਿਉਂਕਿ ਜੇ ਡਾਇਰੈਕਟਰ ਸਮਾਜ ਭਲਾਈ ਦੇ ਕੋਲ ਵੀ ਕੋਈ ਸ਼ਿਕਾਇਤ ਜਾਂਦੀ ਆ ਜਾਲੀ ਸਰਟੀਫਿਕੇਟ ਦੀ, ਔਰ ਉਹ ਡਾਇਰੈਕਟਰ ਸਮਾਜ ਭਲਾਈ ਦਾ ਵੀ ਅਮਲਾ ਇੰਨਾ ਨਿਖਿੱਧ ਹੈ ਕਿ ਉਹ ਫਾਈਲਾਂ ਚੱਕਦੇ ਨਹੀਂ, ਔਰ ਲੰਮਾ ਸਮਾਂ ਫਾਈਲਾਂ ਨਾ ਚੱਕਣ ਦੇ ਕਰਕੇ ਉਹ ਜਿਹੜੀਆਂ ਸ਼ਿਕਾਇਤਾਂ ਲਮਕਦੀਆਂ ਰਹਿੰਦੀਆਂ। ਮੈਂ ਅੱਜ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਸ਼ਿਵਪਾਲ ਗੋਇਲ ਦੀ ਸ਼ਿਕਾਇਤ ਨੂੰ ਲਗਭਗ 6 ਮਹੀਨੇ ਹੋ ਗਏ, ਮੈਂ ਲਗਾਤਾਰ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਮਿਲਦਾ ਰਿਹਾ, ਔਰ ਇੱਥੇ ਅੱਜ ਵੀ ਮੈਂ ਡਾਇਰੈਕਟਰ ਨੂੰ ਫੋਨ 'ਤੇ ਗੱਲ ਕੀਤੀ। ਮੈਂ ਕਿਹਾ ਜੀ ਇਹਨੂੰ ਅਸੀਂ ਅੱਜ ਤਾਂ ਮਤਲਬ ਇਹ ਸਟੈਪ ਬਾਈ ਸਟੈਪ ਚੱਲ ਰਹੇ ਹਾਂ ਕਿ 31 ਨੂੰ ਇਹਨੂੰ ਰਿਟਾਇਰ ਕਰੋ। ਤੁਹਾਨੂੰ ਹੋਰ ਦੱਸਣਾ ਮੈਂ ਚਾਹੁੰਦਾ ਕਿ ਪਿੱਛੇ ਜੇ ਇਹਨੇ ਬਠਿੰਡੇ ਦੇ ਵਿੱਚ ਗਰਲ ਸਕੂਲ ਦੇ ਵਿੱਚ ਦਰਖਤ ਕਟਾ ਤੇ ਹਰੇ ਭਰੇ,
ਜਿੱਥੇ ਅਸੀਂ ਤਾਜ਼ੀ ਆਕਸੀਜਨ ਦੀ ਗੱਲ ਕਰਦੇ ਹਾਂ, ਇਹਨੇ ਬਿਨਾਂ ਜੰਗਲਾਤ ਵਿਭਾਗ ਦੀ ਮਨਜ਼ੂਰੀ ਤੋਂ ਦਰਖਤ ਕਟਾਏ ਆ। ਔਰ ਅਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਦੇ ਵਿਰੁੱਧ ਬਣਦੀ ਤੋਂ ਬਣਦੀ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਜਿੱਥੇ ਇਹਨਾਂ ਨੇ ਸਰਕਾਰੀ ਨੌਕਰੀਆਂ ਕਰਕੇ ਜਾਂ ਹੇਰਾ ਫੇਰੀਆਂ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ, ਉੱਥੇ ਇਹਨਾਂ ਨੇ ਆ ਜਿਹੜਾ ਦਰਖਤਾਂ ਦੀ ਕਟਾਈ ਵੀ ਬਿਨਾਂ ਮਨਜ਼ੂਰੀ ਤੋਂ ਕੀਤੀ ਹੈ। ਮੈਂ ਤੁਹਾਡਾ ਸਾਰਿਆਂ ਦਾ ਅੱਜ ਇਸ ਪ੍ਰੈਸ ਕਾਨਫਰੰਸ 'ਚ ਆਉਣ 'ਤੇ ਬਹੁਤ ਬਹੁਤ ਧੰਨਵਾਦੀ। ਪੰਜਾਬ ਸਰਕਾਰ ਵੱਲੋਂ ਬਾਂਦਾ ਫਲੈਕਸਾਂ ਲੱਗੀਆਂ ਗਈਆਂ ਵੀ ਅਸੀਂ 300 ਤੋਂ ਵੱਧ ਮਾਮਲੇ ਦਰਜ ਕੀਤੇ ਭ੍ਰਿਸ਼ਟਾਚਾਰੀਆਂ 'ਤੇ, ਇਹ ਭ੍ਰਿਸ਼ਟਾਚਾਰ 'ਚ ਨਹੀਂ ਆਉਂਦਾ ਸਰ? ਇਹ ਤਾਂ ਬਹੁਤਾ ਵੱਡਾ ਭ੍ਰਿਸ਼ਟਾਚਾਰ ਹੈ। ਦੇਖੋ 302 ਲੱਗਦੀ ਹੈ ਜਦੋਂ ਕੋਈ ਬੰਦੇ ਦਾ ਕਤਲ ਹੋ ਜਾਂਦਾ, ਬੰਦਾ ਮਰ ਜਾਂਦਾ, ਪਰ ਇਹ ਜਦੋਂ ਕੋਈ ਬੰਦਾ ਜਾਲੀ ਸਰਟੀਫਿਕੇਟ ਬਣਾਉਂਦਾ ਹੈ, ਉਹ ਪੀੜ੍ਹੀ ਦਰ ਪੀੜ੍ਹੀ ਅੱਗੇ ਆਪਦੇ ਬੱਚਿਆਂ ਦੇ ਵੀ ਬਣਾਉਂਦਾ, ਔਰ ਉਹ ਸਹੂਲਤਾਂ ਅੱਗੇ ਦੀ ਅੱਗੇ ਚੱਲੀ ਜਾਂਦੀਆਂ। ਪਰ ਅਸੀਂ ਇੱਥੇ ਧੰਨਵਾਦੀ ਹਾਂ ਤੁਹਾਡੇ ਵਰਗੇ ਸਾਡੇ ਜਨਰਲ ਸਮਾਜ ਦੇ ਉਹਨਾਂ ਸਾਥੀਆਂ ਦਾ ਵੀ, ਉਹਨਾਂ ਲੋਕਾਂ ਦਾ ਵੀ ਜਿਹੜੇ ਸਾਡਾ ਸਾਥ ਦੇ ਰਹੇ ਮੋਰਚੇ ਦਾ, ਔਰ ਉਹ ਮੋਹ ਸਾਨੂੰ ਜਾ ਕੇ ਮੋਰਚੇ 'ਚ ਵੀ ਸ਼ਿਕਾਇਤਾਂ ਪਹੁੰਚਾਉਂਦੇ, ਵਟਸਐਪ ਕਰਦੇ ਆ, ਸਾਨੂੰ ਹਾਰਡ ਕਾਪੀਆਂ ਦਿੰਦੇ ਆ। ਅਸੀਂ ਇਸ ਕਰਕੇ ਇਹ ਜਿਹੜਾ ਤੁਸੀਂ ਸਵਾਲ ਕੀਤਾ ਕਿ ਇਹ ਬਹੁਤ ਵੱਡਾ ਕਤਲ ਨਾਲੋਂ ਵੀ ਵੱਧ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ, ਸੋ ਸਰਕਾਰ ਇਹਨਾਂ ਨੂੰ ਸਜ਼ਾ ਦੇ ਨਹੀਂ ਰਹੀ। ਸਰ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਨਹੀਂ ਕੀਤੀ, ਇਹ ਮੋਰਚਾ ਲਾਉਣ ਦੀ ਲੋੜ ਤਾਂ ਪਈ ਕਿਉਂਕਿ ਪਹਿਲਾਂ ਜਿਹੜੀਆਂ ਸ਼ਿਕਾਇਤਾਂ ਕੋਈ ਇੱਕਾ ਦੁੱਕਾ ਬੰਦਾ ਸਾਡੇ ਕਰਦੇ ਸੀ, ਉਹਨਾਂ ਦੀ ਸੁਣਵਾਈ ਨਹੀਂ ਸੀ ਹੁੰਦੀ ਲੰਮਾ ਸਮਾਂ। ਹੁਣ ਤਾਂ ਮੋਰਚਾ ਲੱਗਣ ਕਰਕੇ ਅਸੀਂ ਉਹਨਾਂ ਦੇ ਗੱਲ 'ਤੇ ਬੈਠੇ, ਧਰਨਾ ਲਾ ਕੇ ਪਹਿਲਾਂ ਡਾਇਰੈਕਟਰ ਸਮਾਜ ਭਲਾਈ ਦਫ਼ਤਰ ਬੈਠੇ ਸੀ, ਹੁਣ ਗੁਰਦੁਆਰਾ ਅੰਬ ਸਾਹਿਬ ਕੋਲ DPI ਦਫ਼ਤਰ ਦੇ ਥੱਲੇ ਅਸੀਂ ਉੱਥੇ ਧਰਨਾ ਲਾਇਆ ਹੋਇਆ, ਔਰ ਅੱਜ ਵੀ DPI ਨਾਲ ਗੱਲ ਹੋਈ ਹੈ ਜੀ ਇਹ 'ਤੇ ਕਰੋ ਕਾਰਵਾਈ। ਹਾਂਜੀ ਅੱਜ ਅਸੀਂ ਜਿਹੜਾ ਹੈ ਇਹ ਨਰੇਸ਼ ਕੁਮਾਰੀ ਨੇ ਜਿਹੜਾ ਆਪਦੇ ਭਰਾ ਦੀਪਕ ਗਰਗ ਦੇ ਨਾਲ 'ਤੇ ਜਿਹੜਾ ਫਰਜ਼ੀਵਾੜਾ ਚਲਾਇਆ ਔਰ ਕਰੋੜਾਂ ਰੁਪਇਆ ਘਪਲਾ ਕੀਤਾ, ਅਸੀਂ SSP ਬਠਿੰਡਾ, ਡਿਪਟੀ ਕਮਿਸ਼ਨਰ ਬਠਿੰਡਾ ਔਰ ਚੀਫ ਇੰਜੀਨੀਅਰ ਵੈਸਟਰਨ ਜਿਹੜਾ ਹੈਗਾ ਥਰਮਲ ਦੇ ਵਿੱਚ ਦਫ਼ਤਰ ਆ ਉਹਨਾਂ ਦਾ, ਉਹਨਾਂ ਨੂੰ ਵੀ ਮੰਗ ਪੱਤਰ ਦੇ ਕੇ ਆਏ ਹਾਂ ਕਿ ਇਸ ਘਟਾਲੇ ਦੀ ਜਲਦੀ ਤੋਂ ਜਲਦੀ ਔਰ ਤਿਰਛੀ ਨਿਗਾਹ ਨਾਲ ਵਿਜੀਲੈਂਸ ਤੋਂ ਜਾਂਚ ਕਰਾਈ ਜਾਵੇ ਤਾਂ ਜੋ ਇਹਨਾਂ ਤਿੰਨਾਂ ਜਣਿਆਂ ਨੂੰ ਸਲਾਖਾਂ ਦੇ ਅੰਦਰ ਦਿੱਤਾ ਜਾਵੇ, ਜੇਲ੍ਹ ਭੇਜਿਆ ਜਾਵੇ, ਬਣਦੀ ਤੋਂ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸ਼ਿਵਪਾਲ ਗੋਇਲ ਵੱਲੋਂ ਇੱਕ ਸਕੂਲ ਬੰਦ ਕਰਨ ਦੇ ਵੀ ਆਰਡਰ ਦਿੱਤੇ ਗਏ ਸੀ, ਉਦੋਂ ਚਿੱਠੀ ਕੱਢੀ ਗਈ ਸੀ, ਉਹਦੇ ਖਿਲਾਫ਼ ਵੀ ਚਿੱਠੀ ਕੱਢੀ ਗਈ, ਪਰ ਕੀ ਕਾਰਵਾਈ ਹੋਈ ਹੁਣ ਤੱਕ? ਸਰ ਗੱਲ ਇਹ ਹੈ ਕਿ ਇਹ ਬੰਦਾ ਇੰਨਾ ਹੰਕਾਰ ਚੁੱਕਿਆ ਕਿਉਂਕਿ ਪਹਿਲਾਂ ਡਾਇਰੈਕਟਰ ਦਫ਼ਤਰ ਇਹ ਰਿਹਾ ਸਹਾਇਕ ਡਾਇਰੈਕਟਰ DPI ਦਫ਼ਤਰ ਦੇ ਵਿੱਚ, ਉੱਥੇ ਆ ਜਿਹੜੀਆਂ ਇਹਨੇ ਛੇੜਛਾੜ ਕੀਤੀਆਂ, ਸਾਨੂੰ ਤਾਂ ਇਹ ਵੀ ਪਤਾ ਕਿ ਇਹਨੇ ਸਰਵਿਸ ਬੁੱਕ ਦਾ ਪਹਿਲਾ ਪੇਜ ਵੀ ਪਾੜਿਆ ਹੋਇਆ, ਅਸੀਂ ਸਰਕਾਰ ਦੇ ਮਹਿਕਮੇ ਦੇ ਧਿਆਨ 'ਚ ਲਿਆਂਦਾ ਹੋਇਆ। ਇਹਨੇ ਜਦੋਂ ਮੁੱਖ ਮੰਤਰੀ ਨੇ ਮੌੜ ਆਉਣਾ ਸੀ ਰੈਲੀ ਕਰਨ, ਅਤੇ ਉਦੋਂ ਇਹਨਾਂ ਨੇ ਇੱਕ ਛੁੱਟੀ ਦਾ ਇੱਕ ਚਿੱਠੀ ਕੱਢਤੀ, DC ਨੇ ਵੀ ਇਹਨਾਂ ਨੂੰ ਘੂਰਿਆ, DC ਸਾਹਿਬ ਨੇ, ਪਰ ਇਹਨੂੰ ਇੰਨਾ ਹੀ ਹੰਕਾਰ ਆ ਕਿ ਜੋ ਮੈਂ ਕਰਦਾ ਮੈਂ ਸਹੀ ਕਰੀ ਜਾਂਦਾ, ਭਲਾਂ ਦਰਖਤ ਵਢਾਵਾਂ ਅਤੇ ਭਲਾਂ ਸਕੂਲਾਂ ਛੁੱਟੀ ਕਰਾਵਾਂ, ਭਲਾਂ ਅਧਿਆਪਕਾਂ ਨੂੰ ਜਾ ਕੇ ਸਕੂਲਾਂ 'ਚ ਝਟਕਾ ਮਾਰਾਂ। ਸਰ ਸਰਟੀਫਿਕੇਟ ਕਾਫ਼ੀ ਰੱਦ ਹੋਏ ਆ, ਲਗਭਗ 50-55 ਸਰਟੀਫਿਕੇਟ ਰੱਦ ਹੋਏ ਆ, ਪਰ ਉਹਨਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ। ਅਸੀਂ ਇਹੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਰਕਾਰ ਨੂੰ ਇਹ ਗੱਲ ਉਹਦੇ ਕੰਨਾਂ 'ਚ ਪਾਓ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਮੁੱਢਲੀ ਕੁਆਲੀਫਿਕੇਸ਼ਨ, ਮੰਨ ਲਓ ਇੱਕ ਹਿੰਮਤਪੁਰੇ ਦਾ DSP ਸਤਪਾਲ ਸਿੰਘ ਸੀ, ਉਹ BC ਕੈਟਾਗਰੀ ਦਾ ਜਾਤੀ ਸਰਟੀਫਿਕੇਟ ਲਾ ਕੇ 90 'ਚ ਭਰਤੀ ਹੋਇਆ, 60 ਦਾ ਉਹਦਾ ਬਰਥ ਸੀ,
ਔਰ ਭਰਤੀ ਹੋਣ ਦੀ ਜਿਹੜੀ ਏਜ ਲਿਮਿਟ ਸੀ 18 ਤੋਂ 25 ਸਾਲ, ਉਹ ਸ਼ੁਰੂ 'ਚ ਹੀ 5 ਸਾਲ ਦਾ ਲਾਭ ਇੱਕ BC ਸਰਟੀਫਿਕੇਟ ਲਾ ਕੇ ਕੀਤਾ, ਔਰ ਉਹ ਜੱਟ ਸਿੱਖ ਬਰਾਦਰੀ ਨਾਲ ਸੰਬੰਧਿਤ ਹੈ, ਜਨਰਲ ਕੈਟਾਗਰੀ ਦਾ ਬੰਦਾ। ਜਦੋਂ ਜਿਹੜੇ ਬੰਦੇ ਦੀ ਮੁੱਢਲੀ ਕੁਆਲੀਫਿਕੇਸ਼ਨ ਹੀ ਇੱਕ ਜਾਤੀ ਜਾਲੀ ਸਰਟੀਫਿਕੇਟ ਲਾ ਕੇ ਰੱਦ ਹੁੰਦੀ ਹੈ, ਅਤੇ ਹੁਣ ਤਾਂ ਸਜ਼ਾ ਬਣਦੀ ਹੈ, ਪਰ ਇਹ ਸਰਕਾਰ ਦਿੰਦੀ ਨਹੀਂ ਸਜ਼ਾ। ਕਾਰਵਾਈ ਇਸ ਕਰਕੇ ਨਹੀਂ ਹੋ ਰਹੀ ਜੀ, ਜਿਹੜੇ ਇਹ, ਮੈਂ ਤੁਹਾਨੂੰ ਦੁਬਾਰਾ ਫਿਰ ਦੱਸਦਾ ਕਿ ਜਨਰਲ ਸਮਾਜ ਦੇ ਸਾਰੇ ਲੋਕ ਮਾੜੇ ਨਹੀਂ ਹੈ, ਪਰ ਜਿਹੜੇ ਇਹ ਜਿਹੀਆਂ ਕਾਲੀਆਂ ਭੇਡਾਂ ਨਾ, ਉਹਨਾਂ ਦੇ ਨਾਲ ਸਰਕਾਰ ਦੇ ਮੰਤਰੀ ਅਤੇ ਮੁੱਖ ਮੰਤਰੀ ਖੁਦ ਰਲਿਆ ਹੋਇਆ, ਔਰ ਉਹਨਾਂ ਨੂੰ ਇਹ ਭ੍ਰਿਸ਼ਟਾਚਾਰ ਜਿਹੜਾ ਹੈ, ਉਹਨਾਂ ਨੂੰ ਮੋਟੀਆਂ ਰਕਮਾਂ ਦਿੰਦੇ ਹੈ, ਔਰ ਉਹਨਾਂ ਦੇ ਅਫਸਰਾਂ ਦੇ ਡਾਇਰੈਕਟਰ ਦੇ ਦਫ਼ਤਰ ਵਿੱਚ ਜਾਂ ਜਿੱਥੇ ਵੀ ਹੈ, ਉਹ ਫਾਈਲਾਂ ਨਾ ਚੱਕਣ ਦੇ ਪੈਸੇ ਦੇ ਕੇ ਆਉਂਦੇ ਆ ਕਿ ਸਾਡੀ ਫਾਈਲ ਨਾ ਚੱਕੋ, ਨੱਪੀ ਰੱਖਣ ਦਿਓ। ਸਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਫਰਜ਼ੀ ਪੈਨ ਕਾਰਡ ਬਣਾ ਕੇ, ਉਹ ਮੈਂ ਤੁਹਾਨੂੰ ਸਬੂਤ ਪ੍ਰੋਵਾਈਡ ਕਰ ਦਿੰਦਾ, ਫਰਜ਼ੀ ਪੈਨ ਕਾਰਡ ਬਣਾ ਕੇ ਆਪਣੇ ਦਾ ਦੀਪਕ ਗਰਗ ਦਾ ਨਰੇਸ਼ ਕੁਮਾਰੀ ਨੇ, ਉਸ ਜਿੰਨੀਆਂ ਪੇਮੈਂਟਾਂ ਸੀਗੀਆਂ ਐਜ਼ ਏ ਲੀਗਲ ਐਡਵਾਈਜ਼ਰ ਦੇ ਤੌਰ 'ਤੇ ਉਹਨਾਂ ਨੂੰ ਮਿਲਦੀਆਂ, ਉਹ ਦੀਪਕ ਗਰਗ ਦੇ ਖਾਤੇ 'ਚ ਗਈਆਂ, ਔਰ ਲਗਭਗ 3 ਕਰੋੜ ਦੀ ਪੇਮੈਂਟ ਜਿਹੜੀ ਇਹਨਾਂ ਦੇ ਖਾਤੇ 'ਚ ਗਈ ਹੈ, ਔਰ ਅਸੀਂ ਅੱਜ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਹਾਂ, ਔਰ ਵੀ ਇਹ ਜਿਹੜਾ ਇਹ ਘੁਟਾਲਾ, ਇਹਨੂੰ ਜਗਜਾਰ ਕੀਤਾ ਜਾਵੇ ਅਤੇ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਦੀਪਕ ਗਰਗ ਸ਼ਿਵਪਾਲ ਗੋਇਲ ਦਾ ਸਾਲਾ ਹੈ, ਇਹ ਤਾਂ ਅਸੀਂ ਇਸ ਗੱਲ ਨਾਲ ਇਨਵੋਲਵ ਕਰ ਰਹੇ ਹਾਂ ਕਿਉਂਕਿ ਇਹ ਸਾਰੇ ਦਾ ਸਾਰਾ ਫਰਜ਼ੀਵਾੜਾ ਸ਼ਿਵਪਾਲ ਗੋਇਲ ਨੇ ਹੀ ਚਲਾਇਆ ਹੋਇਆ, ਕਿਉਂਕਿ ਜਦੋਂ ਕਿਸੇ ਬੰਦੇ ਨੂੰ ਚੋਰੀ ਕਰਨ ਦੀ ਆਦਤ ਪੈ ਜਾਂਦੀ ਹੈ, ਉਹਨੂੰ ਰਾਹ ਲੱਭ ਜਾਂਦਾ ਕਿ ਇਹੀ ਇੱਕ ਸਾਧਨ ਹੈ ਜਿਹਦੇ ਰਾਹੀਂ ਅਸੀਂ ਹੋਰ ਕਰ ਸਕਦੇ ਹਾਂ। ਸ਼ਿਵਪਾਲ ਗੋਇਲ ਨੇ ਉਹਨੂੰ ਫਰਜ਼ੀ ਲਾਅ ਦੀ ਡਿਗਰੀ ਦਵਾਈ, ਕਿਉਂਕਿ ਲਾਅ ਦੀਆਂ ਪੇਪਰ ਤਾਂ ਉਹਨੇ ਦਿੱਤੇ ਨਹੀਂ, ਡੇਟ ਸ਼ੀਟ ਮੈਂ ਤੁਹਾਨੂੰ ਦਿਖਾ ਦਿੰਦਾ, ਪੇਪਰ ਦੇਣ ਹੀ ਨਹੀਂ ਗਿਆ ਉਹ। ਸੋ ਜਦੋਂ ਲਾਅ ਕਰਦਾ, ਉਦੋਂ ਪਹਿਲਾਂ ਕਈ ਸਾਲ ਪਹਿਲਾਂ 99 'ਚ ਗ੍ਰੈਜੂਏਸ਼ਨ ਕਰਦਾ, ਉਸ ਤੋਂ ਬਾਅਦ ਇਹ 11-12 ਦੇ ਵਿੱਚ ਜਾ ਕੇ ਇਹ ਲਾਅ ਦੀ ਡਿਗਰੀ 'ਚ ਜਾਂਦਾ, ਐਡਮਿਸ਼ਨ ਲੈਂਦਾ। ਇੰਨੇ ਸਮੇਂ ਦੇ ਵਿੱਚ ਫਰਜ਼ੀ ਜਿਹੜੇ ਵਕਾਲਤਨਾਮੇ ਪੇਸ਼ ਕਰਦਾ ਵੀ ਆਪਦੇ ਨਾਂ ਨਾਲ ਵਕੀਲ ਲਿਖ ਕੇ, ਇਹ ਮਤਲਬ ਫਰਜ਼ੀਵਾੜਾ ਇਹਨਾਂ ਦਾ ਲੰਮਾ ਸਮਾਂ ਚੱਲਿਆ, ਔਰ ਇਹ ਬੜਾ ਘੁਟਾਲਾ ਹੋਇਆ ਹੋਇਆ। ਬਿਲਕੁਲ ਜੀ, ਉਹਨਾਂ ਨੂੰ ਅਸੀਂ ਕਿਹਾ, DC ਸਾਹਿਬ ਨੂੰ ਵੀ ਮਿਲੇ, SSP ਸਾਹਿਬ ਨੂੰ ਵੀ, ਚੀਫ ਸਾਹਿਬ ਨੂੰ ਵੀ ਮਿਲੇ ਹਾਂ ਵੀ ਇਹਨਾਂ ਦੇ ਵਿਰੁੱਧ, ਇਹਨਾਂ ਦੀ ਜਾਂਚ ਕਰਕੇ ਇਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕਰੋ। ਕੀ ਨਾਮ ਆ ਅਤੇ ਕੀ ਪੋਸਟ ਆ ਜੀ ਤੁਹਾਡੀ? ਮੇਰਾ ਨਾਮ ਇੰਜੀਨੀਅਰ ਰੂਪਾਲੀ ਧਾਲੀਵਾਲ ਹੈ ਜੀ, ਅਤੇ ਮੈਂ ਉਪ ਮੁੱਖ ਇੰਜੀਨੀਅਰ ਸਦਰ ਮੁਕਾਮ ਵੈਸਟ ਜ਼ੋਨ ਬਠਿੰਡਾ ਦੀ ਪੋਸਟ 'ਤੇ ਹੈ। ਸਾਡੇ ਕੋਲ ਸ਼੍ਰੀਮਤੀ ਨਰੇਸ਼ ਕੁਮਾਰੀ, ਜੋ ਸਾਡੇ ਜ਼ੋਨ ਛਲਕਾ ਸੀਨੀਅਰ ਸਹਾਇਕ ਦੀ ਪੋਸਟ ਤੋਂ ਰਿਟਾਇਰ ਹੋਈ ਹੈ, ਉਹਨਾਂ ਦੇ ਵਿਰੁੱਧ ਕੋਈ ਕੰਪਲੇਂਟ ਆਈ ਹੈ, ਅਤੇ ਕੋਈ ਗੱਲ ਨਹੀਂ, ਅਸੀਂ ਜਾਂਚ ਪੜਤਾਲ ਕਰਦੇ ਹਾਂ ਇਹਦੀ ਕਿਸ ਰਿਗਾਰਡਿੰਗ ਹੈ। ਅਤੇ ਕਿਹਦੇ ਵੱਲੋਂ ਦਿੱਤੀ ਗਈ ਹੈ ਕੰਪਲੇਂਟ? ਇਹ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਦਿੱਤੀ ਗਈ ਹੈ ਜੀ। ਦੇਖੋ, ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਜਿਹੜੇ ਆਪਣੇ ਪੁਰਾਣੇ DO ਸਾਹਿਬ ਸੀਗੇ, ਉਹਨਾਂ ਦੀ ਵਾਈਫ PSPCL ਵਿੱਚ ਹੈ, ਅਤੇ ਉਹਨਾਂ ਨੇ ਕੋਈ ਆਪਣੇ ਉਹਨਾਂ ਦਾ ਜਿਹੜਾ ਭਰਾ ਹੈ, ਉਹਨਾਂ ਦੇ ਨਾਂ 'ਤੇ ਕੁਝ ਪੈਸੇ ਵਗੈਰਾ ਜਿਹੜਾ ਹੈਗਾ ਉਹ ਕਿਸੇ ਤਰੀਕੇ ਨਾਲ ਗਬਨ ਕੀਤਾ ਹੋਇਆ ਹੈ, ਅਤੇ ਇਹਦੇ PSPCL ਦੇ ਨਾਲ ਜੁੜਾ ਹੋਇਆ ਇਸ਼ੂ ਹੈ। ਉਹਨਾਂ ਨੇ ਚੀਫ ਇੰਜੀਨੀਅਰ ਸਾਹਿਬ ਨੂੰ ਵੱਖਰੇ ਤੌਰ 'ਤੇ ਕੰਪਲੇਂਟ ਦਿੱਤੀ, ਮੈਂ ਸਮਝਦਾ ਕਿ ਉਹ ਉਹਦੇ ਉੱਤੇ ਕਾਰਵਾਈ ਕਰਾਂਗੇ, ਆਪਾਂ ਵੀ ਉਹਨਾਂ ਤੋਂ ਰਿਪੋਰਟ ਇੱਕ ਵਾਰੀ ਮੰਗਾ ਲਈਏ।